ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰੋ ਪ੍ਰੈਸ ਕੇ ਮੇਰੀ ਹਰ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਤੁਹਾਡੇ ਤੱਕ ਪਹੁੰਚੇ। ਔਰ ਤੁਸੀਂ ਵੇਖੋ ਸਭ ਤੋਂ ਪਹਿਲੇ ਦੋਸਤਾਂ ਦੀ ਖਿਦਮਤ 'ਚ ਹਮੇਸ਼ਾ ਅੱਛੇ ਅਤੇ ਬਿਹਤਰੀਨ ਜਾਨਵਰ ਤੁਹਾਡਾ ਵੀਰ ਨਦੀਮ ਖਰਲ ਲੈ ਕੇ ਹਾਜ਼ਰ ਹੁੰਦਾ। ਅੱਜ ਤੁਹਾਡੇ ਵਾਸਤੇ ਦੋ ਪਹਿਲਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ, ਅੱਲਾ ਦੇ ਖਾਸ ਫਜ਼ਲ ਦੇ ਨਾਲ, ਪਿਓਰ ਨੀਲੀ ਦੀਆਂ, ਪਿਓਰ ਨੀਲੀ ਬਰੀਡ ਦੀਆਂ, ਔਰ ਜਨਾਬ ਚੰਗੀਆਂ ਨਸਲ ਜ਼ਾਤ ਪਹਾੜੀਆਂ ਅੱਲੀ ਵਾਲੀਆਂ ਮਈ, ਔਰ ਜਨਾਬ ਅੱਲਾ ਦੇ ਖਾਸ ਫਜ਼ਲ ਨਾਲ ਇੱਕ ਮੈਂ ਤਾਂ ਸੰਪਾਲਾਂ ਦੀ ਹੈ, ਔਰ ਇਨਸ਼ਾਅੱਲਾ ਸੰਪਾਲ ਜਿਹੜੇ ਨੇ ਉਹ ਜਨਾਬ ਤੁਹਾਡਾ ਤੁਹਾਨੂੰ ਪਤਾ ਹੋਵੇ ਤਾਂ ਜਨਾਬ ਬਿਲਕੁਲ ਲੁੱਡਣ ਦੇ ਜਨਾਬ ਨੇੜੇ ਨੇੜੇ ਇਹ ਜਨਾਬ ਕਬੀਲੇ ਆਬਾਦ ਨੇ, ਔਰ ਮਾਸ਼ਾਅੱਲਾ ਉਹਨਾਂ ਮਈ ਦੇ ਵਿੱਚੋਂ ਇਹ ਮੱਝ ਹੈ, ਪਹਿਲਾਂ ਸੂਆ ਸੂਈ ਹੋਈ ਹੈ, ਬੂਰਾ ਰੰਗ ਹੈ, ਔਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਤੇ ਬਣੇਗੀ ਸੰਪਾਲਾਂ ਦੀ। ਮੈਂ ਇਹ ਜਨਾਬ ਪਹਿਲੇ ਨੰਬਰ 'ਤੇ ਬੂਰੀ ਹੈ, ਉਸ ਤੋਂ ਬਾਅਦ ਫਿਰ ਕਾਲੀ ਹੈ, ਮੁੱਛ ਬੱਗੀ ਹੈ, ਔਰ ਜਨਾਬ ਇੱਕ ਅੱਖ ਦੋਵੇਂ ਚਿੱਟੀਆਂ ਸਫੈਦ ਅੱਖਾਂ ਨੇ। ਮੈਂ ਨੰਬਰ 1 ਵਿਖਾਓ ਜੀ ਕੈਮਰਾਮੈਨ ਸਾਹਿਬ। ਇਹ ਜੀ ਮੈਂ ਨੰਬਰ 1 ਹੈ, ਐਡੀ ਬਰੀਕ ਹੈ ਮਾਸ਼ਾਅੱਲਾ, ਕਿ ਇਹਦੀਆਂ ਜਿਸਮ ਦੀਆਂ ਵੇਨਾਂ ਵੀ ਨਜ਼ਰ ਆਉਂਦੀਆਂ ਨੇ, ਇਹ ਬਰੀਕੀਆਂ ਬੁੱਚ ਪਏ ਹੋਏ ਇਸ ਮੈਂ ਨੂੰ, ਸ਼ੱਕ ਵਾਲੀਆਂ ਅੱਖਾਂ ਨੇ, ਔਰ ਜਨਾਬ ਮੱਥੇ 'ਤੇ ਹਲਕੀ ਜੀ ਫੁੱਲੀ, ਨਿੱਕਾ ਨਿੱਕਾ ਸਿਰੇ, ਔਰ ਜਨਾਬ ਮੂੰਹ ਹੋਏ ਪੂਰੀ ਹੈ, ਅੱਲਾ ਦੇ ਖਾਸ ਫਜ਼ਲ ਦੇ ਨਾਲ ਮਾਸ਼ਾਅੱਲਾ ਬੜੀ ਆਲਾ ਕੁਆਲਿਟੀ ਦਾ ਇਹ ਪੀਸ ਹੈ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣਨ ਵਾਲੀ ਹੈ। ਮਾਸ਼ਾਅੱਲਾ ਇੱਕ ਗਿੱਠ ਦਾ ਮੂੰਹ ਹੈ, ਲੰਮੇ ਮੂੰਹ ਵਾਲੀਆਂ ਨਹੀਂ ਨੇ, ਨਿੱਕੇ ਨਿੱਕੇ ਮੂੰਹ, ਛੋਟਾ ਜਿਹਾ ਸਿਰ, ਸ਼ੱਕ ਵਾਲੀਆਂ ਅੱਖੀਂ, ਔਰ ਜਨਾਬ ਕੰਨਾਂ ਦੋਵਾਂ ਨੂੰ ਬੁੱਛ ਪਾਏ ਨੇ ਮਾਲਕਾਂ ਨੇ, ਔਰ ਖੂਬਸੂਰਤ ਔਰ ਬਰੀਕ ਇੰਨੀ ਹੈ, ਤੁੰਨੀ ਕੌਲੀ ਤੋਂ ਸਾਫ਼ ਇਹ ਜੋਟੀ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣਨ ਵਾਲੀ ਹੈ। ਨਿੱਕੀ ਨਿੱਕੀ ਵੱਖੀ ਔਰ ਪੂਰੀਆਂ ਬਰੀਕ, ਔਰ ਜਨਾਬ ਉਹੀ 3.5-4 ਫੁੱਟ ਜਨਾਬ ਕੱਦ, ਪਿਓਰ ਨੀਲੀ ਦਾ ਬ੍ਰਾਂਡ, ਅੱਲਾ ਦੇ ਖਾਸ ਫਜ਼ਲ ਨਾਲ ਲੈ ਕੇ ਹਾਜ਼ਰ ਹੋਏ ਹਾਂ। ਬਾਕੀ ਜਨਾਬ ਬਰੀਕੀਆਂ ਮੈਂ ਦੀ ਐਸੀਆਂ ਨੇ ਕਿ ਤੁਸੀਂ ਪੂਛ ਇੰਨੀ ਬਰੀਕ ਹੈ, ਨਸਲਜ਼ਾਤ ਆਪ ਵੇਖਣੀ ਯਾਰ। ਗਰੰਟੀਆਂ ਨਹੀਂ, ਗਰੰਟੀਆਂ ਮਾਲਕ ਤੋਂ ਲੈਣੀ, ਜਿਹੜਾ ਤੁਹਾਡਾ ਵੀ ਬਿੱਲੀ ਹੈ, ਸਾਡਾ ਵੀ ਬਿੱਲੀ ਹੈ, ਔਰ ਜਨਾਬ ਬਈ ਅੱਲਾ ਦਿੱਤਾ ਜੱਟ ਉਰਫ ਏੜੀ ਜੱਟ, ਉਹਦੇ ਕੋਲ ਜਨਾਬ ਇਹ ਛੋਟੀਆਂ ਨੇ, ਜੋੜਾ ਲੈ ਕੇ ਅੱਡ ਕੱਢ ਕੇ ਲੈ ਕੇ ਆਇਆ ਜਨਾਬ, ਹੈਦਰਾਬਾਦੀ ਜੋੜਾ ਹੈ, ਅੱਲਾ ਦੇ ਖਾਸ ਫਜ਼ਲ ਨਾਲ ਕਮਾਲ ਦਾ, ਔਰ ਜਨਾਬ ਨੀਲੀ ਦਾ ਬ੍ਰਾਂਡ, ਮਸ਼ਕਾਂ ਬੰਨੀ ਫਿਰਦੀ ਹੈ, ਇਹ ਨਿੱਕੀ ਜਿਹੀ ਮੁਟਿਆਰ ਹੈ ਅੱਲਾ ਦੇ ਖਾਸ ਫਜ਼ਲ ਨਾਲ, ਔਰ ਜਨਾਬ ਬੜੀ ਖੂਬਸੂਰਤ ਹੈ, ਕੋਈ ਧੁੰਨੀ ਕੌਲੀ ਨਹੀਂ ਜਨਾਬ, ਪੂਰੀਆਂ 6 ਦੀਆਂ 6 ਪਸਲੀਆਂ ਨਜ਼ਰ ਆਉਂਦੀਆਂ ਨੇ, ਐਸੀ ਨਸਲਜ਼ਾਤ ਅੱਲਾ ਦੇ ਖਾਸ ਫਜ਼ਲ ਨਾਲ ਇਸ ਪਹਿਲਣ ਨੂੰ ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ, ਮਰਲੇ ਮਰਲੇ ਦੀ ਵੰਡ ਹੈ, ਮੁੱਠ ਮੁੱਠ ਦਾ ਇਹਨੂੰ ਥਣ ਲੱਗਿਆ ਹੋਇਆ, ਔਰ ਤੁਹਾਡਾ ਵੀਰ ਪੁਰਾਣਾ ਏਡੀ ਜੱਟ, ਉਹਦੇ ਕੋਲ ਜਨਾਬ ਇਹ ਖੜੀਆਂ ਨੇ ਦੋ ਸ਼ਹਿਜ਼ਾਦੀਆਂ, ਹੈਦਰਾਬਾਦੀ ਸ਼ਹਿਜ਼ਾਦੀਆਂ, ਔਰ ਹੈਗੀਆਂ ਨੀਲੀ ਦੀਆਂ ਨੇ, ਪਿਓਰ ਪਿੱਛੇ ਬਟਨ ਲੱਗੇ ਹੋਏ ਨੇ, ਔਰ ਮਾਸ਼ਾਅੱਲਾ ਤੋਰਾ ਮੈਂ ਦੀਆਂ ਕਿਆ ਬਾਤ ਹੈ, ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਬਾਕੀ ਲੈਣੇ ਜਿਹੜੇ ਮੁਕੱਦਰ ਨੇ, ਆਲਾ ਕੁਆਲਿਟੀ ਦੇ ਜਾਨਵਰ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ, ਔਰ ਤੁਹਾਡੇ ਵੀਰ ਦੀ ਹਮੇਸ਼ਾ ਇੱਕ ਅੱਛੀ ਕੋਸ਼ਿਸ਼ ਹੈ, ਲੈਣੇ ਜਿਹੜੇ ਮੁਕੱਦਰ ਨੇ, ਆਲਾ ਕੁਆਲਿਟੀ ਦੇ ਪੀਸ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ, ਥਣਾਂ ਦੀਆਂ ਪੂਰੀਆਂ ਵੰਡਾਂ, ਨੁਕਰਾਂ ਪੂਰੀਆਂ ਦੱਸਦੀ ਹੈ ਇਹ ਮੈਂ, ਔਰ ਪੂਰੇ ਆਪਣੇ ਆਹਾਰ ਦੱਸਦੀ ਹੈ ਕਿ ਜਨਾਬ ਆਪਣਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਹਮੇਸ਼ਾ ਅਨਮੋਲ, ਖੂਬਸੂਰਤ ਔਰ ਬਿਹਤਰੀਨ ਜਾਨਵਰ ਕੱਢ ਕੱਢ ਕੇ ਲੈ ਕੇ ਆਉਂਦਾ, ਭਾਵੇਂ ਜਿੰਨਾ ਮਰਜ਼ੀ ਬੰਦ ਕਰਨਾ ਪਵੇ, ਇਹ ਜੇ ਕਮਾਲ ਦੇ ਪੀਸ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ, ਔਰ ਤੁਹਾਡੇ ਵੀਰ ਦੀ ਹਮੇਸ਼ਾ ਇੱਕ ਅੱਛੀ ਕੋਸ਼ਿਸ਼ ਹੈ, ਔਰ ਮਾਸ਼ਾਅੱਲਾ ਫਿੱਟ ਫਿੱਟ ਬਾਹਰ ਕੱਢੀ ਫਿਰਦੀ ਹੈ, ਅੱਲਾ ਦੇ ਖਾਸ ਫਜ਼ਲ ਦੇ ਨਾਲ ਆਪਣਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਅਨਮੋਲ ਜਾਨਵਰ ਲੈ ਕੇ ਆਉਂਦਾ, ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਔਰ ਪੂਰੇ ਆਹਰਾ ਪਾਉਣ ਵਾਲੀ ਮੈਂ ਦੀ ਨਸਲਜ਼ਾਤ ਖੁਰ ਐਸੇ ਨੇ, ਔਰ ਪੂਰੀ ਚਰਨ ਵਾਲੀ ਬੇਲਿਆਂ ਦੀ ਨੀਲੀ ਬਾਰ ਦੀ ਹੈ ਮੱਝ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੈ, ਔਰ ਕੈਮਰਾਮੈਨ ਤਸੱਲੀਆਂ ਕਰਵਾ ਰਿਹਾ, ਆਪਣੀ ਮਿਹਨਤ ਪੂਰੀ ਵਿਖਾ ਰਿਹਾ, ਇਹ ਛੋਟੇ ਘਰ ਦੀ 3.5-4 ਫੁੱਟ ਦੀ ਇਹ ਮੱਝ, ਪਿਓਰ ਨੀਲੀ ਦਾ ਇਹ ਬ੍ਰਾਂਡ ਹੈ, ਲੈ ਕੇ ਹਾਜ਼ਰ ਹਾਂ। ਵੱਡੀਆਂ ਮੱਝਾਂ 'ਚੋਂ ਨਹੀਂ ਹੈ, ਲੇਕਿਨ ਹੈ ਬੜੀ ਖੂਬਸੂਰਤ, ਆਲਾ ਕੁਆਲਿਟੀ ਦੀ। ਮੈਂ ਨੰਬਰ 2 ਵਿਖਾਵਾਂਗੇ, ਉਸ ਤੋਂ ਬਾਅਦ ਜਨਾਬ ਮਾਲਕ ਨਾਲ ਕਰਾਂਗੇ ਸਾਰੀਆਂ ਗੱਲਾਂ ਸਾਂਝੀਆਂ ਕਿ ਕੀ ਕਹਿੰਦਾ ਕੀ ਨਹੀਂ ਕਹਿੰਦਾ। ਇਹ ਜੀ ਮੈਂ ਨੰਬਰ 2 ਹੈ, ਮੈਂ ਦੀ ਨਸਲ ਜ਼ਾਤ ਤੁਸੀਂ ਆਪ ਪੜ੍ਹਨੀ ਹੈ, ਜਿਹੜੀ ਮੈਂ ਮਾਸ਼ਾਅੱਲਾ ਨਸਲ ਵਾਲੀ ਕੱਢ ਕੇ ਲੈ ਕੇ ਹਾਜ਼ਰ ਹੁੰਦਾ ਤੁਹਾਡੇ ਵਾਸਤੇ, ਚਿੱਟੀਆਂ ਅੱਖਾਂ ਨੇ, ਮੁੱਛ ਬੱਗੀ ਹੈ, ਖੁੰਡੇ ਕਿੰਗਰੀ ਵਾਲਾ ਸਿੰਘ ਲੱਗਿਆ, ਮੱਥੇ ਤੋਂ ਬੋਲੀ ਹੈ, ਇਹ ਵੀ ਪਹਿਲਣੇ ਜੋਟੀ, ਮਾਸ਼ਾਅੱਲਾ ਨਸਲਜ਼ਾਦ ਦੀ ਬੜੀ ਆਲਾ ਹੈ, ਔਰ ਫੁੱਲ ਬਰੀਕ ਚੋਟੀ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੈ, ਔਰ ਤੁਹਾਡੇ ਵੀਰ ਦੀ ਹਮੇਸ਼ਾ ਇੱਕ ਅੱਛੀ ਕੋਸ਼ਿਸ਼ ਹੈ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਆਲਾ ਕੁਆਲਿਟੀ ਦੇ ਪੀਸ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ, ਔਰ ਇਹ ਵੀ ਪਹਿਲਣ ਮਾਸ਼ਾਅੱਲਾ ਮਸ਼ਕਾ ਬੰਨੀ ਫਿਰਦੀ ਹੈ, ਅੱਲਾ ਦੇ ਖਾਸ ਫਜ਼ਲ ਨਾਲ ਮੁੱਠ ਮੁੱਠ ਦਾ ਥਣ ਲੱਗਿਆ ਹੋਇਆ, ਮਰਲੇ ਮਰਲੇ ਦੀ ਵੰਡ ਹੈ, ਚੰਗੀਆਂ ਬਰੀਕੀਆਂ, ਖੁੱਡਾ ਪੁੱਠਾ, ਨਸਲਜ਼ਾਤ ਵੱਖੀ ਛੋਟੀ, ਔਰ ਇਹੀ ਕੁਛ ਨੀਲੀ 'ਚ ਆਉਂਦਾ, ਹੋਰ ਕੋਈ ਨਵੀਂ ਸ਼ਾਇਦ ਨੀਲੀ 'ਚੋਂ ਕੱਢ ਕੇ ਨਹੀਂ ਲਿਆਉਣੀ ਕਿ ਜਨਾਬ ਇਹ ਸੋਨੇ ਦੀ ਡਲੀਆਂ ਨੇ, ਨਿੱਕੀਆਂ ਨਿੱਕੀਆਂ ਨੇ, ਔਰ ਸੋਨਾ ਹੁੰਦਾ ਹੀ ਇੰਨਾ ਕੁ ਸਾਰਾ, ਜ਼ਿਆਦਾ ਨਹੀਂ ਹੁੰਦਾ, ਰੇਟ ਤਾਂ ਹੀ ਲੱਗਦੇ ਨੇ ਜੇ ਸੋਨਾ ਵੀ, ਅੱਜ ਤੁਹਾਨੂੰ ਪਤਾ ਹੈ ਕਿ ਚੰਗੀ ਸ਼ੈ ਹੋਵੇ ਤਾਂ ਭਾਵੇਂ ਰੰਗ ਚੜਾ ਕੇ ਅਸੀਂ ਆਖ ਦਈਏ ਕਿ ਬੇਲੀਓ ਲੈ ਵੀ ਇਹ ਸੋਨਾ ਹੈ, 6 ਮਹੀਨੇ ਬਾਅਦ ਫਿੱਟਿਆ ਪਿਆ ਹੁੰਦਾ, ਅਤੇ ਲੋਕ ਆਉਂਦੇ ਨੇ ਯਾਰ ਇਹ ਗੱਲ ਤਾਂ ਗੰਦੀ ਨਿਕਲੀ ਸੀ, ਚੀਜ਼ ਬੜੀ ਸੀ ਲੇ ਗੰਦ ਗੱਲ ਜਿਹੜੀ ਸੀ ਉਹ ਗੰਦੀ ਨਿਕਲੀ ਸੀ, ਅਸੀਂ ਲੈ ਤਾਂ ਤੁਹਾਡੇ ਪਾਸ ਸੋਨਾ ਹੀ ਆਉਣਾ, ਨਿੱਕੀਆਂ ਨਿੱਕੀਆਂ ਸੋਨੇ ਦੀਆਂ ਡਲੀਆਂ ਨੇ, ਅੱਲਾ ਦੇ ਫਜ਼ਲ ਨਾਲ ਜੋਟੀ ਦੀਆਂ ਬਰੀਕੀਆਂ, ਨਸਲ ਜ਼ਾਤਾਂ ਔਰ ਤੋਰਾਂ, ਇਹ ਨੀਲੀ ਹੈ, ਹੋਰ ਕੁਛ ਨਹੀਂ ਨਵਾਂ,
نیلی اپنا دیش پنجاب ٹی وی تے ملدی ہے، لوگ کہندے ندیم کرل نیلی نیلی الاپدا ہے، نیلی نیلی بولدا ہے، نیلی نیلی کردا ہے، میں کہنا نیلی تے کام کرنا اور اللہ دے فضل نال نیلی اپنا دیش پنجاب ٹی وی تے ملدی ہے اور کتے نہیں ملدی۔ اے چوٹی نمبر دو ہے، اے جناب سوئیاں کنے کنے دین دیاں نے، اے کراں گے بھائی اللہ دے نال گلاں، منہ چوگیاں نے چھگیاں نے، اے جناب منہ خوف ترقی کردیاں نے، پولی ہے منہ دی پولی ہے، چھگڑ دی بھی چوگڑ دی بھی کنیاں کڑ دی بھائی پوری ہے، پوری ہے، پوری ہے جی، بری بھی وکھاؤ عمر بھائی کی کر دی، بری تو وکھاؤ گے بھائی اللہ منہ ویکھن گے جی، ماشاء اللہ منہ دیا پولیاں پوری ہے جی، منہ دی پوریاں نے جی، منہ دیا پولیاں پوری چنگیاں اللہ کوالٹی دیا مجھاں نیلی دیا، بچے وکھاوا گے پیچھے بورا جناب جوڑے کٹیا جناب جوڑے پہلے دے لے کے حاضر ہوئے ہیں، اور تسی کیمرہ مین سے پرلے پاسے کھلو جاؤ پیچھا، اسی میں تو پہلا تک چوٹیاں درمیان چ کھلونے ہیں کہ یار پتہ لگ جائے واقعی پہلا تے چوٹیاں نے یا کسی بندے دیا منگ منگ کے لیا دیا سو یہ کی صاحب کتاب ہے، یہ اسی پوچھ لینا پہلا دیتے نو پیار پہلا دیتے واقعی چوٹیاں تیری نے یا نہیں ہے، تے اے جناب بس اسی گلاں سیدھیاں سادیاں تے جناب اعلی کوالٹی دے کرنی نے، اور یہ سارا کچھ پہلا تین پوچھ لینا۔ السلام علیکم جی۔ وعلیکم السلام پہلا تے کی حال چال؟ ٹھیک ہے بھائی، ایڈی بھائی طبیعت صحت؟ ہاں جی شکر اللہ ٹھیک ٹھاک جی، ماشاء اللہ اللہ پاک نظر بات تو بچاوے، ماشاء اللہ سونے لگتے پے جی، جس نے آزادی کل پتہ نہیں منائی تھی کہ نہیں؟ ہاں جی منائیے، کی ہویا سی اس دن چ؟ ہاں جی ہویا کی سی؟ پاکستان آزاد ہویا، پاکستان آزاد ہویا سی، ماشاءاللہ تانوں پتہ ہے، اللہ تعالی خیر کرے۔ اچھا ایڈی بھائی اے دو مجاں وکھائیاں نے؟ ہاں جی، اے پہلنا نے دوجنا نے تریجنا نے؟ پہلنا جی پہلا۔ اچھا نیلی وچ جن من قد کنا ہوندا؟ قد اے دا تے خیر 3.5 فٹ، 3.5 4 فٹ، ہاں جی تقریباً یہی رینج ہے۔ ہاں جی باقی وڈیاں مائیاں وچوں آ جاندے نے، نیلی دا وی جدوں بریڈ کراس ہوندی تے وچ نویں ماں وڈی اونچے قد نال وی آ جاندی ہے، اے کوئی ایشو نہیں، لیکن کوئی فرق پیندا انچی ڈیڑھ انچی دو انچی دا، تو وڈی بہت زیادہ جڑی وڈی بہت زیادہ ہوندی او نیلی دا وی کراس چ آ جاندی ہے۔ اچھا اے بھائی اللہ دتے دوویں مجھاں وکھائیاں نے، اے پہلنا چوٹیاں نے انمول ہیرے نے؟ اچھا اے دسو کہ اے مائی کو دودھ کنا ہے؟ منہ تے پوریاں نے پتہ لگ گیا، اے دودھ کنا ہے؟ پہلے نمبر والی کول سوئی کنے دیندی ہے؟ تے محبت پیار والا مول وکھرا وکھرا کرنا ہے کہ اکٹھا کرنا؟ جنیا بھی خاص فضل ہمیشہ دودھ پورا ہی ہوتا، چوا کے دو واری تین واری چار واری ساڈے پر پاویں پانچ دن چوا لو نو پرابلم، اللہ کے ساتھ 13 to 14 کلو بھائی نے کیا، میں 12 کلو کہنا، ٹھیک ہے بھائی؟ صحیح ہے، 12 کلو ٹھنڈا دودھ چوا کے دیا گے بچے چھڑ کے؟ ہاں جی بچے چھڑ کے، بچے چھڑ کے۔ اچھا بھائی اللہ محبت پیار والا جا مل ہے وہ کی ہے؟ 3,30,000 روپئے، 3,30,000۔ اس 3,30,000 بچ کلاڑ پیار ہاں جی کر لیں گے، ہو جائے گا؟ زیادہ تو نہیں؟ نہیں نہیں زیادہ نہیں، تھوڑا بہت زیادہ پہ ہو جائے گا۔ یہ 3,30,000 کیوں ہے؟ چنگیا مشہور نے، پہلن چوٹی دا مول ہے جی، محبت پیار ہو جائے گا، بچے دی جتھے مرضی کھلی چھڑ دو پیڑ تے جتھے مرضی نوں لے کرو، نسل ہی کردیاں نے نا۔ ہاں جی شوکر ڈوگر صاحب کہتے ہیں نسل ہے، بے نسلیاں بجدیاں نے، نسل والی پاؤں تے چڑھے پھرو، میں دے پرواہ کوئی نہیں۔ اے نیلی اے 3,30,000 اس نکی جی مٹیار دا سی مول کیتا ہے، اے مول ہے یا زیادہ تے نہیں کر رہے؟ سونے دی ہے یہ ڈلی، اللہ خیر کرے، سونے دی ڈلی ہے گڈ رنگا رنگ ہے، تے اے جناب 3,30,000 مول ہے، اے تے جو لاڑ پیار کر لاں گے ہو جائے گا، چنگا بھلا تھوڑا بہت ڈلیاں رکھا تھی، میم دسیا کہ سونے کی ڈلیاں نکل نکل ایڈی ڈلیاں نے، لیکن تولے تولے دیا بھی نہیں نے، زیادہ نے۔ تو اچھا یہ جا مل ہے یہ 4 تولے کا مل ہے، کیونکہ اجکل میرا خیال 1,32,000 سونا ہوا ہے، تو یہ وہاں برابر ہے وزن ودھ جانا یہاں کا۔ اچھا ایڈی بھائی یہ جڑا ہے یہ کی مل ہے جی، آپ وکھائیے بولے متھی والی کالی جوٹی جی پہلن 12 کلو دھد ٹھنڈا چوا کے؟ 2,70,000 روپیہ، 2,70,000 یہ کلاڑ پیار
کر لیں گے ہو جائے گا یہ دونوں میں لاڈ پیار ہو جائے گا جی ٹوٹل اماؤنٹ بنتی ہے 6 لاکھ جہاں بندہ دونوں خریدے گا وہ تھوڑا جہا ود لاڈ پیار دونوں کا جوڑ ملے ہو جائے گا رتی ماشا کاٹ بھی ہوگی اور ان شاء اللہ وہ فائدہ ہوئے گا تمہیں یہ جی دونوں نے ایک کا 3,30,000 ہے یہ 2,70,000 ہے یہ ٹوٹل 6 لاکھ اماؤنٹ بنتی ہے محبت پیار دونوں چ ہو جائے گا امید ہے تے اج والی ویڈیو تمہیں بے حد لاجواب لگے گی اپنا بہت سارا خیال رکھنا ہے پاکستان کا خاص خیال رکھنا ہے پاک آرمی کا خاص خیال رکھنا ہے اور جناب برا نو دینی ہے اجازت برا ملے گا تمہیں بہترین اور اچھی ویڈیو دے نال اجازت دیو اللہ نگہبان